ਨਾਮ ਵਾਹਿਗੁਰੂ ਸਾਹਿਬ ਜੀ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਾਂ ਕਰੀ ਵਖਿਆ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੇ, ਗੁਰੂ ਪਿਆਰੇ ਵਡਭਾਗੇ ਸਤਸੰਗੀ ਜਨੋ, ਵਡਭਾਗੇ ਹੋ ਜਿਨ੍ਹਾਂ ਨੂੰ ਗੁਰੂ ਕੀ ਗੋਦ ਵਿੱਚ ਜੁੜ ਬੈਠਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ। ਅੱਜ ਆਪ ਜੀ ਦੇ ਨਾਲ ਪਰਿਕਰਮਾ ਜਿਹੜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਦੇ ਹਾਂ, ਉਸ ਵਿਸ਼ੇ ਦੇ ਨਾਲ ਸੰਬੰਧਿਤ ਵਿਚਾਰ ਕਰਨੀ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਅਸੀਂ ਬਾਣੀ ਪੜ੍ਹੀਏ ਅਤੇ ਬਾਣੀ ਅੰਦਰ ਸ਼ਬਦ ਆਉਂਦੇ ਨੇ ਬਹੁਤ ਵਾਰੀ, ਵਾਰ ਨੇ ਬਲਖਾਰ ਨੇ ਲੱਖ 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 ਵਰੀਆ, ਜਾਂ ਹਾਂ ਵਾਰੀ ਵੰਜਾ ਕੋਲੀ ਵੰਜਾ, ਤੂੰ ਪਰਬਤ ਮੇਰਾ ਉੱਲਾ ਰਾਮ। ਰਹਿਤ ਮਰਿਆਦਾ ਵਿੱਚ ਲਿਖਿਆ ਵੀ ਸਿੱਖ ਦਾ ਸਭ ਤੋਂ ਪਹਿਲਾ ਕਰਮ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ, ਔਰ ਮੱਥਾ ਟੇਕਣ ਤੋਂ ਬਾਅਦ ਸਿੱਖ ਜਿਹੜਾ ਹੈ ਉਹ ਗੁਰੂ ਦੀ ਪਰਿਕਰਮਾ ਕਰਦਾ ਹੈ। ਪਰਿਕਰਮਾ ਤੋਂ ਭਾਵ ਹੈ ਵਾਰੀ ਜਾਣਾ। ਆਪ ਜੀ ਵੇਖਦੇ ਅਕਸਰ ਵਿਆਹ ਸ਼ਾਦੀਆਂ ਵਿੱਚ ਜਦੋਂ ਸਾਡੇ ਰਿਸ਼ਤੇਦਾਰ ਸੱਜਣ ਮਿੱਤਰ ਨੱਚਦੇ ਨੇ, ਉਹਨਾਂ ਤੋਂ ਪੈਸੇ ਵਾਰੇ ਜਾਂਦੇ ਨੇ, ਔਰ ਜਿਹੜੀ ਚੀਜ਼ ਵਾਰ ਦਿੱਤੀ ਜਾਏ ਉਹ ਘੁਮਾ ਕੇ ਸੁੱਟ ਦਿੱਤੀ ਜਾਂਦੀ ਹੈ। ਵਾਰੇ ਹੋਏ ਪੈਸੇ ਜਿਹੜਾ ਬੰਦਾ ਵਾਰਦਾ ਹੈ ਉਹ ਕਦੇ ਵੀ ਆਪਣੀ ਜੇਬ ਦੇ ਵਿੱਚ ਨਹੀਂ ਪਾਉਂਦਾ। ਤਿੰਨ ਦਿਨ ਇੱਕ ਆਨੰਦ ਕਾਰਜ ਵਿਆਹ ਹੋ ਰਿਹਾ ਸੀ ਅਤੇ ਲੋਕ ਨੱਚ ਰਹੇ ਸਨ। ਇੱਕ ਅੰਗਰੇਜ਼ ਦੇ ਬੱਚੇ ਨੇ ਸਵਾਲ ਕੀਤਾ ਵੀ ਇਹ ਲੋਕ ਕੀ ਕਰ ਰਹੇ ਨੇ, ਅਤੇ ਉਹਨਾਂ ਨੇ ਜਦੋਂ ਪੁੱਛਿਆ ਅਤੇ ਉਹਨੂੰ ਜਵਾਬ ਦਿੱਤਾ ਗਿਆ ਵੀ ਬੱਚੇ ਇਹ ਵਾਰਨੇ ਕਰ ਰਹੇ ਨੇ। ਅਤੇ ਉਹ ਪੁੱਛਿਆ ਵੀ ਇਹ ਵਾਰਨੇ ਕਿਉਂ ਕਰ ਰਹੇ ਨੇ ਅਤੇ ਇਹਦਾ ਕੀ ਮਤਲਬ ਹੈ? ਉਹ ਕਹਿੰਦੇ ਵੀ ਜਿਹੜੀ ਚੀਜ਼ ਸਾਡੇ ਕੋਲ ਸਭ ਤੋਂ ਵੱਧ ਪਿਆਰੀ ਹੋਵੇ ਉਹ ਅਸੀਂ ਆਪਣੇ ਪਿਆਰੇ ਤੋਂ ਵਾਰ ਦਿੰਦੇ ਹਾਂ। ਹੁਣ ਇਨਸਾਨ ਦੇ ਕੋਲ ਸਭ ਤੋਂ ਵੱਧ ਪਿਆਰਾ ਧਨ ਹੈ, ਇਸ ਕਰਕੇ ਜਦੋਂ ਵੀ ਕੋਈ ਸਾਡਾ ਸੱਜਣ ਮਿੱਤਰ ਨੱਚਦਾ ਸੀ ਤਾਂ ਤੂੰ ਸਿਰਫ ਧਨ ਹੀ ਵਾਰਦੇ ਹਾਂ, ਹੋਰ ਕੋਈ ਚੀਜ਼ ਨਹੀਂ ਵਾਰਦੇ। ਫਿਰ ਉਸ ਬੱਚੇ ਨੇ ਇੱਕ ਸਵਾਲ ਕੀਤਾ, ਕਹਿਣ ਲੱਗਾ ਵੀ ਦੁਨੀਆ ਵਿੱਚ ਕੋਈ ਐਸਾ ਵਿਅਕਤੀ ਹੈ ਜਿਹਨੇ ਰਿਕਾਰਡ ਬਣਾਇਆ ਹੋਵੇ ਵਾਰਨ ਦਾ, ਵੀ ਵੱਧ ਤੋਂ ਵੱਧ ਕਿੰਨੇ ਰੁਪਈਏ ਜਾਂ ਕਿੰਨਾ ਕੁਛ ਵਾਰਿਆ ਜਾ ਸਕਦਾ ਹੈ? ਅਤੇ ਉਸ ਪਰਿਵਾਰ ਦੇ ਮੈਂਬਰ ਨੇ ਬੜੀ ਕਮਾਲ ਦੀ ਗੱਲ ਦੱਸੀ, ਆਖਣ ਲੱਗੇ ਕਹਿੰਦੇ ਨੇ ਸੰਸਾਰ 'ਚ ਇੱਕੋ ਹੀ ਵਿਅਕਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ, ਜਿਹਨੇ ਖਾਲਸੇ ਤੋਂ ਆਪਣੇ ਚਾਰੇ ਪੁੱਤ ਵਾਰ ਦਿੱਤੇ। ਤੋਂ ਵਾਰੀ ਤੋਂ ਭਾਵ ਹੈ ਗੁਰੂ ਸਾਹਿਬ ਤੋਂ ਬਲਹਾਰ ਜਾਣਾ, ਆਪਣੇ ਆਪ ਨੂੰ ਗੁਰੂ ਤੋਂ ਘੁਮਾ ਕੇ ਸੁੱਟ ਦੇਣਾ ਜਾਂ ਗੁਰੂ ਤੋਂ ਸਦਕੇ ਜਾਣਾ। ਅਸੀਂ ਪਰਿਕਰਮਾ ਤਾਂ ਕਰਦੇ ਹਾਂ, ਚੰਗੀ ਗੱਲ ਹੈ, ਪਰ ਇਸ ਤੋਂ ਵੀ ਚੰਗੀ ਗੱਲ ਹੈ ਕਿ ਅਸੀਂ ਵੀ ਆਪਣੇ ਆਪ ਨੂੰ ਗੁਰੂ ਤੋਂ ਬਲਹਾਰ ਜਾਈਏ, ਗੁਰੂ ਤੋਂ ਸਦਕੇ ਕਰੀਏ, ਔਰ ਆਪਣੇ ਆਪ ਨੂੰ ਗੁਰੂ ਤੋਂ ਸਦਕੇ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਿਗੁਰੂ ਸਾਰਿਆਂ 'ਤੇ ਕਿਰਪਾ ਕਰਨ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।